ਕਿਸਾਨਾਂ ਨੇ ਝੋਨੇ ਦੀ ਪਰਾਲੀ ਜਲਾਉਣ ਲਈ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠਾਂ ਸੰਕਲਪ ਪਾਸ ਕਰਕੇ ਪਰਾਲੀ ਨੂੰ ਜਲਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਪ੍ਰਧਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਰਸ਼ਪਾਲ ਸਿੰਘ ਮੀਤ ਪ੍ਰਧਾਨ ਬਲਾਕ ਗਿੱਦੜਵਾਹਾ ਨੇ ਦੱਸਿਆ ਕਿ ਪਿੰਡ ਦੇ ਸਾਰੇ ਕਿਸਾਨਾਂ ਨੇ ਇਹ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਝੋਨੇ ਦੀ ਪਰਾਲੀ ਖੇਤ ਅੰਦਰ ਖਤਮ ਕਰਨ ਲਈ 6000 ਰੁਪਏ ਖਰਚਾ ਸਰਕਾਰ ਵੱਲੋਂ ਦਿੱਤਾ ਜਾਵੇ, ਨਹੀਂ ਤਾਂ ਅਸੀਂ ਸਰਕਾਰ ਦੇ ਇਸ ਫੈਸਲੇ ਦਾ ਵੱਡੇ ਪੱਧਰ ਉੱਤੇ ਵਿਰੋਧ ਕਰਾਂਗੇ ਅਤੇ ਝੋਨੇ ਦੀ ਪਰਾਲੀ ਨੂੰ ਜਲਾਉਣ ਲਈ ਮਜਬੂਰ ਹੋ ਜਾਵਾਂਗੇ। ਅਸੀਂ ਜੀ ਜਿਹੜੀ ਪਰਾਲੀ ਨੂੰ ਸਰਕਾਰ ਆਦੀ ਵੀ ਅੱਗ ਨਹੀਂ ਲਾਉਣ ਦੇਣੀ, ਅਸੀਂ ਇਹ ਕੋਈ ਸ਼ੌਂਕ ਵਜੋਂ ਨਹੀਂ ਲਾਉਂਦੇ, ਸਾਡੀ ਮਜਬੂਰੀ ਹੈ। ਜੇ ਸਰਕਾਰ ਤੋਂ ਅਸੀਂ ਮੰਗ ਕੀਤੀ ਹੈ ਵੀ ਸਾਨੂੰ 6000 ਜਾਂ 7000 ਰੁਪਇਆ ਏਕੜ ਦਿੱਤਾ ਜਾਵੇ ਖਰਚਾ, ਅਸੀਂ ਪਰਾਲੀ ਆਪੇ ਵਿੱਚ ਵਾਹ ਲਾਂਗੇ, ਅਤੇ ਜੇ ਸਰਕਾਰ ਨੇ ਕੋਈ ਖਰਚਾ ਨਾ ਦਿੱਤਾ ਤਾਂ ਸਾਨੂੰ ਮਜਬੂਰ ਹੋ ਕੇ ਅੱਗ ਲਾਉਣੀ ਪਊਗੀ। ਕੀ ਜਿਹੜਾ ਮਤਾ ਪਾਸ ਕੀਤਾ ਗਿਆ, ਹਾਂਜੀ ਜਿਹੜਾ ਮਤਾ ਪਾਸ ਕੀਤਾ ਗਿਆ ਅੱਜ, ਹਾਂਜੀ ਇਹ ਸਮੁੱਚੀ ਪੰਚਾਇਤ ਵੱਲੋਂ ਜਾਂ ਇਕੱਲਾ ਕਿਸਾਨ ਯੂਨੀਅਨ? ਇਹ ਭਾਰਤੀ ਕਿਸਾਨ ਯੂਨੀਅਨ ਅਤੇ ਸਮੁੱਚੇ ਪਿੰਡ ਦਾ ਇਕੱਠ ਹੈ ਜੀ। ਕੀ ਫੈਸਲਾ ਲਿਆ ਪਿੰਡ ਨੇ? ਇਹ ਫੈਸਲਾ ਜੀ ਸਾਰੇ ਰਲ ਕੇ ਅੱਗ ਲਾਵਾਂਗੀ। ਅਤੇ ਕੀ ਸਮੱਸਿਆ ਆਉਂਦੀ ਹੈ ਪਰਾਲੀ ਨੂੰ? ਸਮੱਸਿਆ ਬਸ ਵਾਹ ਨਹੀਂ ਤਿਆਰ ਹੁੰਦੇ ਜੀ, ਖਰਚਾ ਬਾਹਲਾ ਹੋ ਜਾਂਦਾ ਜੀ, ਫਿਰ ਵੀ ਨਹੀਂ ਤਿਆਰ ਹੁੰਦੇ ਵਾਹਣ, ਅੱਗ ਤੋਂ ਬਿਨਾਂ ਕੋਈ ਹੱਲ ਹੀ ਨਹੀਂ। ਅੱਗ ਲਾਵਾਂਗੇ, ਠੀਕ ਆ। ਮੈਂ ਰਸ਼ਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਜ਼ਿਲ੍ਹਾ ਕਮੇਟੀ ਮੈਂਬਰ ਬੋਲਦਾ। ਇਹ ਅਸੀਂ ਇਹ ਜਿਹੜਾ ਇਕੱਠ ਕੀਤਾ ਗਿਆ ਅੱਜ, ਅਸੀਂ ਇਹ ਪਰਾਲੀ ਨਾ ਸਾੜਨ ਦੇ ਸੰਬੰਧ ਵਿੱਚ ਕੀਤਾ ਗਿਆ, ਕਿਉਂਕਿ ਸਰਕਾਰ ਨੇ ਬਹੁਤ ਬੰਦਿਸ਼ਾਂ ਲਾ ਦਿੱਤੀਆਂ ਇਹਦੇ 'ਤੇ ਵੀ ਇਹ ਪਰਾਲੀ ਨਹੀਂ ਸਾੜੀ ਜਾਊਗੀ, ਪਰ ਕਿਸਾਨ ਮਜ਼ਬੂਰ ਹੈ। ਨਾ ਤਾਂ ਉਹ ਕੋਈ ਸੰਦੇ ਦਿੱਤੇ ਗਏ ਸਰਕਾਰ ਨੇ, ਨਾ ਕੋਈ ਹਾਲ ਦਿੱਤੇ, ਨਾ ਕੋਈ ਟਰੈਕਟਰ ਦਿੱਤਾ, ਨਾ ਕੋਈ ਤਵੀਆਂ ਦਿੱਤੀਆਂ, ਨਾ ਸੁਸਾਇਟੀਆਂ ਕੋਲ ਇਹੋ ਜਿਹੇ ਸੰਦੇ ਆ ਜਿਹਦੇ ਨਾਲ ਇਹ ਅਸੀਂ ਇਹਨੂੰ ਮਤਲਬ ਵਾਹ ਸਕੀਏ। ਅਤੇ ਹੁਣ ਅਸੀਂ ਇਹ ਕਿਸਾਨ ਤੋਂ ਮੰਗ ਵੀ ਕੀਤੀ ਸੀ ਵੀ ਸਾਨੂੰ 6000 ਰੁਪਇਆ ਪ੍ਰਤੀ ਕਿੱਲਾ ਦਿੱਤਾ ਜਾਵੇ, ਅਤੇ ਪਰ ਕਿਸਾਨ ਦੇ ਕੋਈ ਸਿਰ 'ਤੇ ਜੂੰ ਨਹੀਂ ਸਰਕੀ। ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਵਾਸਤੇ ਇਕੱਠ ਕੀਤਾ ਗਿਆ ਸੀ ਵੀ ਪਰਾਲੀ ਦਾ ਮਸਲਾ ਹੱਲ ਕਰਕੇ ਅਤੇ ਅਸੀਂ ਇਹਨੂੰ ਬਈ ਸਾੜਾਂਗੇ। ਵਾਹਣ ਦੇ ਵਿੱਚ ਖਤਮ ਕਰਨ ਵਾਸਤੇ ਸਭ ਤੋਂ ਵੱਡਾ ਟਰੈਕਟਰ ਚਾਹੀਦਾ ਹੈ। ਦੂਜੇ ਨੰਬਰ ਦੇ ਵਿੱਚ ਇਹ ਪਰਾਲੀ ਇਹੋ ਜਿਹੀ ਚੀਜ਼ ਹੈ ਕਿ ਜਿਹੜੀ ਇਹ ਨਾ ਦੱਬੀ ਲੋਟ ਆਉਂਦੀ ਹੈ ਅਤੇ ਨਾ ਇਹ ਵੱਢ ਕੇ ਬਾਹਰ ਨਿਕਲਦੀ ਹੈ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.